ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅਕਸਾਨ ਪ੍ਰਭੂ ਤੁਹਾਡਾ ਆਪਣੇ ਚੈਨਲ ਮਿਤਲਾ ਵਲੌਗਸ ਦੇ ਉੱਤੇ ਅਕਸਾਨ ਪ੍ਰਭੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਲੱਗੇ ਬੈਲ ਦੇ ਬਟਨ ਤੇ ਕਲਿੱਕ ਜ਼ਰੂਰ ਕਰਦੇ ਹੋ ਜਿਹਦੇ ਨਾਲ ਆਪਣੇ ਝੋਨੇ ਦੇ ਸੀਜ਼ਨ ਦੇ ਵਿੱਚ ਆਪਾਂ ਝੋਨੇ ਦੇ ਰਿਲੇਟਡ ਕੋਈ ਵੀ ਵੀਡੀਓ ਜਿਹੜੀ ਬਣਾਈਏ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਸਮੇਂ ਸਿਰ ਪਹੁੰਚਦਾ ਰਹੇ ਸੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਸੋਖਸਾਨ ਪ੍ਰਭੂ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਖਾਦ ਖਰਾਕ ਜਿਹੜੀ ਦੱਸਣ ਲੱਗੇ ਆ ਜਿੱਥੇ ਆਪਣੇ ਬੂਟਾ ਝੋਨੇ ਦਾ ਆਪਣੇ ਝੋਨਾ ਜਿਹੜਾ ਆ ਜਿੱਥੇ ਆਪਣੀ ਖਰਾਕ ਲੈਣੀ ਜਿਹੜੀ ਬੰਦ ਕਰ ਦਿੰਦਾ ਆ ਟੱਕਾ ਟੱਕਾ ਜਿਹਾ ਬੂਟਾ ਨਹੀਂ ਬਣਨਦਿਆ ਟੱਕਾ ਟੱਕਾ ਜਿਹਾ ਬੂਟਾ ਬਣਿਆ ਹੋਇਆ ਆ ਝੋਨਾ ਚੱਲਣ ਦੀ ਬਜਾਏ ਜਿਹੜਾ ਆ ਜ਼ਮੀਨ ਵੱਲ ਨੂੰ ਧਸਦਾ ਜਾਂਦਾ ਆ ਬਿਲਕੁਲ ਦੇਖਣ ਨੂੰ ਭੈੜਾ ਜਿਹਾ ਲੱਗ ਹੀ ਜਾਂਦਾ ਆ ਤਾਂ ਕਿਸਾਨ ਵੀਰਾਂ ਨੇ ਬਹੁਤ ਖਾਦਾਂ ਖਰਾਕਾਂ ਜਿਹੜੀਆਂ ਦੇ ਕੇ ਦੇਖ ਲਈਆਂ ਆਪਣੇ ਯੂਰੀਆ ਫਾਸਫੋਰਸ ਪੋਟਾਸ਼ ਜਿੰਕ ਬਹੁਤ ਕੁਝ ਪਾ ਕੇ ਦੇਖ ਲਿਆ ਪਰ ਫਿਰ ਵੀ ਜਿਹੜਾ ਝੋਨਾ ਆਪਣਾ ਜਿਹੜਾ ਇਹ ਗਰੋਥ ਕਰਨ ਦੀ بجائے ਜਿਹੜਾ ਮਰਿਆ ਜਿਹਾ ਲੱਗਦਾ ਆ ਤਾਂ ਇਹ ਜਿਹੜੀ ਆਪਾਂ ਖਾਦ ਖਰਾਕ ਦਸਨ ਲੱਗੇ ਆ ਇਹਨੇ ਪਿਛਲੇ ਦੋ ਸਾਲਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਆਪਣੇ ਖਾਦ ਖਰਾਕ ਦਾ ਤਜਰਬਾ ਕਰਕੇ ਦੇਖਿਆ ਹੈ ਆਪਣੇ ਜਿਹੜਾ ਹੈ ਆਪਣੇ ਇਹਨੂੰ ਖਾਦ ਖਰਾਕ ਨੂੰ ਆਪਣੀ ਜ਼ਮੀਨ ਦੇ ਵਿੱਚ ਜਿਹੜਾ ਝੋਨੇ ਦੇ ਵਿੱਚ ਪਾ ਕੇ ਦੇਖਿਆ ਉਹਨਾਂ ਨੂੰ ਬਾ ਕਮਾਲ ਜਿਹੜੇ ਰਿਜ਼ਲਟ ਮਿਲੇ ਆ ਸੋ ਕਿਸਾਨ ਪ੍ਰਭੂ ਆਪਾਂ ਗੱਲ ਕਰਦੇ ਆ ম্যাগਨੀਸ਼ੀਅਮ ਸਲਫੇਟ ਜਿਹੜਾ ਆਪਣੇ ਸਲਫੇਟ ਫਾਰਮ ਦੇ ਵਿੱਚ ਆਉਂਦਾ ਆ ਜਿਹਦੇ ਵਿੱਚ ਸਲਫਰ 12% ਤੇ ਜਿਹੜੀ ਆਪਣੇ ਦੂਜੇ ਮਾਰੇ ম্যাগਨੀਸ਼ੀਅਮ ਆ 9.5% 9.5% ਜਿਹਦੇ ਵਿੱਚ ਇੱਕ ਟੋੜੇ ਦੇ ਵਿੱਚ ਇੱਕ ਬੈਗ ਦੇ ਵਿੱਚ ਜਿਹੜਾ ਹੁੰਦਾ ਆ ਇਹ ਜਿਹੜਾ ਬੈਗ ਆ ਚਾਹੇ ਤੁਸੀਂ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਿਓ ਜਿਹੜੀ ਮਰਜ਼ੀ ਕੰਪਨੀ ਦੀ ਮੈਗਨੀਸ਼ੀਅਮ ਸਲਫੇਟ ਲੈ ਲਿਓ ਤਾਂ ਸਿਰਫ ਬੈਗ ਦੇ ਉੱਤੇ ਤੁਸੀਂ ਜਿਹੜਾ ਆ ਇਹੋ ਹੀ ਦੇਖਣਾ ਹੈ ਜਿਹਦੇ ਵਿੱਚ ਸਲਫਰ 12% ਤੇ ਮੈਗਨੀਸ਼ੀਅਮ ਜਿਹੜਾ 9.5% ਹੋਵੇ ਤਾਂ ਜਿੱਥੇ ਆਪਣਾ ਬੂਟਾ ਗਰੋਥ ਕਰਨ ਦੀ ਬਜਾਏ ਜਿਹੜਾ ਮੱਚੀ ਜਾਂਦਾ ਆ ਤਾਂ ਬਾਕਮਾਲ ਉਹਦੇ ਰਿਜ਼ਲਟ ਹੋ ਜਾਣਗੇ ਤਾਂ ਇੱਕ ਵਾਰ ਇਹਨੂੰ ਤੁਸੀਂ ਵਰਤ ਕੇ ਜ਼ਰੂਰ ਦੇਖਣਾ ਆ ਤਾਂ ਇਹਦਾ ਵਰਤਣ ਦਾ ਤਰੀਕਾ ਕਿਸਾਨ ਭਰਾਵੋ ਇਹ ਆ ਪੇ ਤੁਸੀਂ ਇਹਨੂੰ 10-15 ਦਿਨ ਤੋਂ ਪਹਿਲਾਂ ਪਹਿਲਾਂ ਜਦੋਂ ਤੁਹਾਡਾ 10-15 ਦਿਨ ਦਾ ਝੋਨਾ ਆ ਉੱਥੇ ਕਦੇ ਵੀ ਇਹਨੂੰ ਯੂਜ਼ ਨਹੀਂ ਕਰਨਾ 20 ਦਿਨ ਦੇ ਝੋਨੇ ਤੋਂ ਲੈ ਕੇ 30 ਦਿਨ ਦੇ ਵਿੱਚ ਵਿੱਚ ਜਿਹੜਾ ਤੁਸੀਂ ਇਹਨੂੰ ਯੂਜ਼ ਕਰਨਾ ਆ ਤਾਂ ਜੇ ਬੈਸਟ ਰਿਜ਼ਲਟ ਲੈਣਾ ਆ 25 ਤੋਂ 30 ਦਿਨ ਦਾ ਜਦੋਂ ਆਪਣਾ ਝੋਨਾ ਆ ਉਦੋਂ ਜਿਹੜੇ ਤੁਸੀਂ ਮੈਗਨੀਸ਼ੀਅਮ ਸਲਫੇਟ ਦੀ ਵਰਤੋਂ ਕਰਨੀ ਆ ਜਿਹੜੇ ਵੀਰ ਇਸ ਦੀ ਪਹਿਲੀ ਵਾਰੀ ਵਰਤੋਂ ਕਰਨ ਲੱਗੇ ਆ ਉਹ ਘੱਟ ਤੋਂ ਘੱਟ 15 ਕਿਲੋ ਜਿਹੜਾ ম্যাগਨੀਸ਼ੀਅਮ ਸਲਫੇਟ ਜਿਹੜਾ ਵਰਤ ਸਕਦੇ ਆ ਜਿਹੜੇ ਵੀਰ ਹਰ ਸਾਲ ਆਏ ਵਰਤਦੇ ਆ ਇਹਨੂੰ ਤਾਂ ਉਹਨਾਂ ਨੂੰ ਜਿਹੜਾ 10 ਕਿਲੋ ਜਿਹੜਾ ਇੱਕ ਖੇਤ ਦੇ ਲਈ ਸਫੀਸ਼िएंट ਆ ਕਿਉਂਕਿ ਜਦੋਂ ਆਪਣੇ ਝੋਨੇ ਦੇ ਬੂਟੇ ਦੇ ਲਾਗੇ ਚਾਹੇ ਤੁਸੀਂ ਜ਼ਿੰਕ ਜਿੰਨੀ ਮਰਜ਼ੀ ਝੋਨੇ ਨੂੰ ਪਾਈ ਆ ਚਾਹੇ ਜ਼ਿੰਕ ਪਾਈ ਚਾਹੇ ਨਾਈਟ੍ਰੋਜਨ ਚਾਹੇ ਫਾਸਫੋਰਸ ਪੋਟਾਸ਼ ਜਿਹੜੀ ਮਰਜ਼ੀ ਖਾਦ ਪਾਈ ਆ ਜਿੰਨੀ ਦੇਰ ਤੱਕ ਜਦੋਂ ਆਪਣੇ ਖੇਤ ਦੇ ਵਿੱਚ ম্যাগਨੀਸ਼ੀਅਮ ਦੀ ਘਾਟ ਆ ਗਈ ਤਾਂ ਝੋਨੇ ਦਾ ਇਹ ਜਿਹੜਾ ਬੂਟਾ ਆ ਜਿਹੜਾ ਆਪਣੀਆਂ ਦੂਜੀਆਂ ਖਰਾਕਾਂ ਨੂੰ ਜਿਹੜਾ ਵੀ ਲੈਣ ਦੀ ਹਿੰਮਤ ਉਹਦੇ ਵਿੱਚ ਨਹੀਂ ਹੁੰਦੀ ਆਪਣੀ ਜਿਹੜੀ ਹਿੰਮਤ ਛੱਡ ਜਾਂਦਾ ਆ ਕਿਉਂਕਿ ਝੋਨੇ ਦੀਆਂ ਜੜ੍ਹਾਂ ਦੇ ਲਾਗੇ ਭਾਵੇਂ ਜਿੰਨੀ ਮਰਜ਼ੀ ਖਾਦ ਖਰਾਕ ਪਈ ਹੋਵੇ ਬੂਟੇ 'ਚ ਇੰਨੀ ਜ਼ਿਆਦਾ ਬੂਟਾ ਸਟ੍ਰੈਸ 'ਚ ਚਲਿਆ ਜਾਂਦਾ ਆ ਵੀ ਆਪਣੇ ਜਿਹੜੀਆਂ ਜੜ੍ਹਾਂ ਬੂਟੇ ਦੀਆਂ ਤਾਂ ਜਿਹੜੀਆਂ ਲਾਗੇ ਪਈ ਖਾਦ ਖਰਾਕ ਨੂੰ ਵੀ ਅਪਟੇਕ ਨਹੀਂ ਕਰ ਸਕਦੀਆਂ ਕਿਉਂਕਿ ਬਹੁਤ ਸਾਰੇ ਕਿਸਾਨ ਵੀ ਜਿਹੜੇ ਇਹਨਾਂ ਖਾਦਾਂ ਵੱਲ ਧਿਆਨ ਨਹੀਂ ਦਿੰਦੇ ਜਿਹੜੀਆਂ ਆਪਣੇ ਬਾਜ਼ਾਰ ਦੇ ਵਿੱਚੋਂ ਲਿਆ ਲਿਆ ਕੇ ਮਹਿੰਗੀਆਂ ਤੋਂ ਮਹਿੰਗੀਆਂ ਖਾਦਾਂ ਕਿੰਨੇ ਕਿੰਨੇ ਹਜ਼ਾਰਾਂ ਰੁਪਈਆ ਦੀਆਂ ਕਿੰਨੇ ਕਿੰਨੇ ਮਹਿੰਗੀਆਂ ਖਾਦਾਂ ਜਿਹੜੀਆਂ ਪਾ ਕੇ ਝੋਨੇ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਬਹੁਤ ਜ਼ਿਆਦਾ ਖਾਦਾਂ ਖਰਾਕਾਂ ਵਰਤਦੇ ਆ ਪਰ ਫੇਰ ਵੀ ਰਿਜ਼ਲਟ ਜਿਹੜਾ ਉਹਨਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਤਾਂ ਕਿਸਾਨ ਭਰਾਵੋ ਆਪਾਂ ਵੀਡੀਓ ਅੱਗੇ ਵੀ ਬਣਾਇਆ ਸੀ ਆਪਾਂ ਇਹੋ ਹੀ ਦੱਸਦੇ ਹੁੰਨੇ ਆ ਵੀ ਜਦੋਂ ਤੁਸੀਂ ਆਪਣੇ ਚੋਨਾ ਲਾਉਣਾ ਹੈ ਆਪਣੇ ਖੇਤ ਦੀ ਮਿੱਟੀ ਟੈਸਟ ਜ਼ਰੂਰ ਕਰਾਇਆ ਕਰੋ ਮਿੱਟੀ ਟੈਸਟ ਰਿਪੋਰਟ ਆਉਣ ਦੇ ਮੁਤਾਬਕ ਜਦੋਂ ਤੁਹਾਡੇ ਜੋ ਵੀ ਫਸਲ ਦੇ ਵਿੱਚ ਘਾਟ ਆਊਗੀ ਤਾਂ ਉਸੇ ਖਾਦਾਂ ਖਰਾਕਾਂ ਨੂੰ ਵਰਤਿਆ ਕਰੋ ਤਾਂ ਜੇ ਤੁਸੀਂ ਇਹ ম্যাগਨੀਸ਼ੀਅਮ ਖਾਦ ਵਰਤੂਗੇ ਇਹਦੇ ਵਰਤਣ ਦੇ ਨਾਲ ਬੂਟਿਆਂ ਦੇ ਵਿੱਚ ਨਾਲ ਦੀ ਨਾਲ ਜਿਹੜੀ ਕਲੋਰੋਫਿਲ ਦੀ ਮਾਤਰਾ ਵਾਜਾਂ ਦੀ ਬੂਟਾ ਐਨ ਹਰਾ ਭਰਾ ਦਿਖਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਦੋਂ ਬੂਟੇ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਵਧ ਗਈ ਤਾਂ ਉਹ ਜਿਹੜਾ ਸੂਜ ਦੀ ਰੋਸ਼ਨੀ ਜਿਹੜੀ ਆ ਪੂਰੀ ਅਬਜ਼ਰਵ ਕਰਨ ਲਾਪੋਗਾ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਜਿਹੜੀ ਆ ਬੂਟੇ ਦੇ ਵਿੱਚ ਜਲਦੀ ਬਣਨੀ ਸ਼ੁਰੂ ਹੋ ਜੂਗੀ ਵੱਧ ਤੋਂ ਵੱਧ ਉਹਨਾਂ ਬੂਟਾ ਜਿਹੜਾ ਆ ਆਪਣੀ ਜਿਹੜੀ ਖਾਦਾਂ ਖਰਾਕਾਂ ਦੀ ਅਪਟੇਕ ਜਿਹੜੀ ਉਹਦੀ ਦੁਬਾਰਾ ਤੋਂ ਫਿਰ ਚੱਲ ਪਊਗੀ ਤੇ ਜਿਹਦੇ ਨਾਲ ਬੂਟਾ ਅੱਜ ਹੋਰ ਕੱਲ ਹੋਰ ਤਾਂ ਬੂਟਾ ਵਧੀਆ ਟੈਲਰਿੰਗ ਜਿਹੜੀ ਕਰਨੀ ਸ਼ੁਰੂ ਕਰ ਦੇਊਗਾ ਜਿਹੜਾ ਬੂਟਾ ਐਨ ਮਰਨ ਦੇ ਕਿਨਾਰੇ ਸਿਗਾ ਐਨ ਮਚਿਆ ਪਿਆ ਸੀ ਉਹ ਬੂਟੇ ਦੇ ਵਿੱਚ ਜਾਨ ਪੈ ਜੂਗੀ ਇਹ ਜਿਹੜੀ ਮੈਗਨੀਸ਼ੀਅਮ ਖਾ ਦਿਆ ਇਹਦਾ ਬਹੁਤ ਜ਼ਿਆਦਾ ਵੱਡਾ ਯੋਗਦਾਨ ਹੈ ਤਾਂ ਤੁਸੀਂ ਜਿਹੜੀ ਹੈ ਇਸ ਖਾਦ ਨੂੰ ਬਹੁਤਾ ਨਹੀਂ ਤਾਂ ਚਾਰਕ ਨਾਲ ਤੋਂ ਲੈ ਕੇ ਇੱਕ ਖੇਤ ਦੇ ਵਿੱਚ ਵਰਤ ਕੇ ਟ੍ਰਾਇਲ ਕਰਕੇ ਜ਼ਰੂਰ ਦੇਖਿਓ ਜਿਹੜੇ ਅੜੇ ਖੜੇ ਝੋਨੇ ਆ ਉਹਨਾਂ ਲਈ ਇਹ ਤਾਂ ਇੱਕ ਵਰਦਾਨ ਹੀ ਆ ਤਾਂ ਇਸ ਕਰਕੇ ਕਿਸਾਨ ਪ੍ਰਾਪੋ ম্যাগਨੀਸ਼ੀਅਮ ਸਲਫੇਟ ਤੇ ਆਪਾਂ ਫਿਰ ਦੁਬਾਰਾ ਕਹ ਦੱਸ ਦਿੰਨੇ ਆ ਵੀ ਜਦੋਂ ਵੀ ਤੁਸੀਂ ਇਹਦੀ ਵਰਤੋਂ ਕਰਨੇ ਆ ਜਦੋਂ ਬਾਜ਼ਾਰ ਚੋਂ ਲੈ ਕੇ ਆਉਣਾ ਆ ਤਾਂ ਮੈਗਨੀਸ਼ੀਅਮ 9.5% ਸਲਫਰ 12% ਜੇ ਜਿਹੜੇ ਬੈਗ ਤੇ ਲਿਖਿਆ ਹੋਊਗਾ ਬੈਗ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ ਤਾਂ ਤੁਸੀਂ ਜਿਹੜਾ ਇੱਕ ਗੱਲ ਹੋਰ ਯਾਦ ਰੱਖਣੀ ਆ ਇਸ ਖਾਦ ਨੂੰ ਜਿਹੜਾ ਕਦੇ ਵੀ ਯੂਰੀਆ ਦੇ ਨਾਲ ਮਿਕਸ ਕਰਕੇ ਨਹੀਂ ਛੱਟਾ ਦੇਣਾ ਖੇਤ ਦੇ ਵਿੱਚ ਤੁਸੀਂ ਇਹਨੂੰ ਮਿੱਟੀ ਦੇ ਵਿੱਚ ਜਾਂ ਰੇਤਾ ਦੇ ਵਿੱਚ ਮਿਕਸ ਕਰਕੇ ਤਾਂ ਆਪਣੇ ਖੇਤ ਦੇ ਵਿੱਚ ਛੱਟਾ ਦੇ ਸਕਦੇ ਆ ਜਿਸ ਵੀਰ ਨੇ ਪਹਿਲੀ ਵਾਰੀ ਖਾਦ ਵਰਤਣੀ ਆ ਉਹ 10 ਕਿਲੋ ਵਰਤ 15 ਕਿਲੋ ਵਰਤ ਸਕਦਾ ਤੇ ਜਿਹੜੇ ਵੀਰ ਹਰੇਕ ਸਾਲ ਵਰਤਦੇ ਆਉਂਦੇ ਆ ਤੇ ਉਹਨਾਂ ਲਈ 10 ਕਿਲੋ ਜਿਹੜੀ ਇਹੋ ম্যাগਨੀਸ਼ੀਅਮ ਆ ਸ਼ਫੀਸ਼ੰਟ ਹੁੰਦੀ ਆ ਸੁਖਸਾਨ ਪ੍ਰਭੂ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਆਪਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਯਾਰੋ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ ਜੀ ਸਾਰਿਆਂ ਦਾ ਅੱਗੇ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ